ਸਤਿ ਸ਼੍ਰੀ ਅਕਾਲ ਪੰਜਾਬ ਸਿੰਘ ਦੇ ਚੈਨਲ 'ਤੇ ਤੁਹਾਡੇ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ। ਅਤੇ ਆਪਾਂ ਤਿਆਰੀ ਕਰ ਰਹੇ ਹਾਂ UGC ਨੈੱਟ ਦੀ, ਖਾਸ ਤੌਰ 'ਤੇ ਪੰਜਾਬੀ ਮਾਸਟਰ ਕੈਡਰ ਦੀ ਨਾਲ ਅਤੇ ਬਾਕੀ ਵੀ ਇਹ ਵੀਡੀਓ ਸਾਡੀਆਂ ਸਾਰੀਆਂ ਤੁਹਾਡੇ ਉਹਨਾਂ ਇਮਤਿਹਾਨਾਂ ਦੇ ਵਿੱਚ ਕੰਮ ਆ ਰਹੀਆਂ ਨੇ ਜੋ ਪੰਜਾਬੀ ਨਾਲ ਸੰਬੰਧਿਤ ਨੇ। ਅਤੇ ਜਿਵੇਂ ਪਿਛਲੀ ਵੀਡੀਓ ਲੈ ਕੇ ਆਏ ਸੀ, ਹਰ ਵਾਰ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀਡੀਓ ਦੇ ਵਿੱਚ ਉਹ ਜਾਣਕਾਰੀ ਲੈ ਕੇ ਆਈ ਜਿਹੜੀ ਇਮਤਿਹਾਨ ਦੇ ਲਈ ਜ਼ਰੂਰੀ ਆ, ਅਤੇ ਕੁਝ ਨਾ ਕੁਝ ਤੁਹਾਨੂੰ ਨਵਾਂ ਸਿੱਖਣ ਨੂੰ ਮਿਲੇ, ਜਿਹੜਾ ਕਿਤਾਬਾਂ ਦੇ ਵਿੱਚੋਂ ਵੱਖਰਾ ਅਤੇ ਜਿਹੜੀਆਂ ਆਮ ਕਿਤਾਬਾਂ ਨਾਲੋਂ ਵੱਖਰਾ। ਕਿਤਾਬਾਂ ਦੇ ਵਿੱਚੋਂ ਤਾਂ ਅਸੀਂ ਲੈ ਕੇ ਆਉਂਦੇ ਹਾਂ, ਪਰ ਇਹ ਕਿਤਾਬਾਂ ਥੋੜ੍ਹੀਆਂ ਜਿਹੜਾ ਵੀ ਅਸੀਂ ਜਿੰਨਾ ਤੁਹਾਡੇ ਨਾਲ ਸਾਂਝ ਬਣਾਉਂਦੇ ਹਾਂ, ਥੋੜ੍ਹਾ ਬਹੁਤਾ ਮਿਹਨਤ ਕਰਕੇ ਇੱਧਰੋਂ ਉੱਧਰੋਂ ਲੱਭ ਕੇ ਤੁਹਾਡੇ ਲਈ ਲੈ ਕੇ ਆਉਂਦੇ ਜੀ। ਵੀਰ ਕਾਵਿ ਬਾਰੇ ਗੱਲ ਕਰਾਂਗੇ, ਜਿਹੜਾ ਕਿ ਸਾਨੂੰ ਨੈੱਟ 'ਤੇ ਮਿਲੇਗਾ, ਸਕਰੀਨ 'ਤੇ ਤੁਸੀਂ ਦੇਖ ਰਹੇ ਹੋ। ਇਹ ਗੱਲਾਂ ਪੜ੍ਹ ਲਓ, ਆਰਾਮ ਨਾਲ ਤੁਸੀਂ ਦੇਖ ਸਕਦੇ ਹੋ ਕਿ ਵੀਰ ਕਾਵਿ ਦੀ ਗੱਲ ਕੀਤੀ ਗਈ, ਜਿਹੜੀ ਮੋਸਟ ਹੀਰੋਇਕ ਪੋਟਰੀ ਦੇ ਬਾਰੇ ਗੱਲ ਕੀਤੀ ਆ, ਅਤੇ ਹੀਰੋਇਕ ਏਜ ਕਿਹਾ ਜਾਂਦਾ ਇਹਨੂੰ। ਵੀਰ ਕਾਵਿ ਦੇ ਵਿੱਚ ਅਸੀਂ ਵੀਰ ਕਾਵਿ ਧਾਰਾ ਦੀ ਗੱਲ ਕਰਦੇ ਜਦੋਂ, ਪਰ ਸਾਡੇ ਲਈ ਇਹ ਗੱਲ ਜਿਹੜੀ ਇਮਤਿਹਾਨ ਦੇ ਲਈ ਜ਼ਰੂਰੀ, ਅਸੀਂ ਉਹ ਗੱਲ ਕਰਾਂਗੇ। ਸਾਨੂੰ ਪਤਾ ਕਿ ਸਮਾਜ ਸੱਭਿਆਚਾਰ ਅਤੇ ਇਤਿਹਾਸਿਕ ਜਾਂ ਪੁਰਾਣਿਕ ਨਾਇਕਾਂ ਦੀ ਵੀਰਤਾ ਦਾ ਜਿਹੜਾ ਜਸ ਗਾਇਨ ਕੀਤਾ ਜਾਂਦਾ ਵੀਰ ਕਾਵਿ ਦੇ ਵਿੱਚ, ਜੋ ਮਨਾਂ 'ਚ ਪਾਠਕਾਂ ਦੇ ਸਰੋਤਿਆਂ ਦੇ ਮਨਾਂ 'ਚ ਉਤਸ਼ਾਹ ਪੈਦਾ ਕਰਦਾ, ਇਹ ਜ਼ਰੂਰੀ ਹੈ। ਇਹਦੇ ਵਿੱਚ ਨੈਤਿਕ ਪ੍ਰੇਰਨਾ ਦਾ ਆਧਾਰ ਬਣਦਾ, ਇਹ ਗੱਲ ਵੀ ਧਿਆਨ 'ਚ ਰੱਖਣੀ ਆ। ਪੰਜਾਬੀ ਸਾਹਿਤ ਵਿੱਚ ਵੀਰ ਕਾਵਿ ਦਾ ਪ੍ਰਗਟਾਵਾ ਮੁੱਖ ਤੌਰ 'ਤੇ ਵਾਰ ਦੇ ਮਾਧਿਅਮ ਰਾਹੀਂ ਸਾਹਮਣੇ ਆਇਆ, ਅਤੇ ਇਹ ਕਾਵਿਧਾਰਾ ਦਾ ਲੋਕਧਾਰਾ ਅਧਿਐਨ ਕਰਨ ਤੋਂ ਪਹਿਲਾਂ ਲੋਕਧਾਰਾ ਅਧਿਐਨ ਕਰਨਾ ਤੋਂ ਪਹਿਲਾਂ ਵਾਰ ਦੀਆਂ ਜਿਹੜੀਆਂ ਰੂਪਾਕਾਰਕ ਵਿਸ਼ੇਸ਼ਤਾਵਾਂ ਨੇ, ਇਸ ਦੇ ਸਿਰਜਣਾਤਮਕ ਸੰਦਰਭ ਨੂੰ ਦ੍ਰਿਸ਼ਟੀਗੋਚਰ ਕਰਨਾ ਜ਼ਰੂਰੀ ਜਾਪਦਾ। ਆਪਣੇ ਸ਼ਬਦਾਂ 'ਚ ਆਪਾਂ ਗੱਲ ਕਰੀਏ ਕਿ ਹੁਣ ਆਪਾਂ ਇਹਦੀ ਰੂਪਾਕਾਰਕ ਵਿਸ਼ੇਸ਼ਤਾਵਾਂ ਬਾਰੇ ਤੁਹਾਡੇ ਨਾਲ ਥੋੜ੍ਹੀ ਜਿਹੀ ਬਹੁਤੀ ਸਾਂਝ ਬਣਾਵਾਂਗੇ। ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਵਾਰ ਸ਼ਬਦ ਆਇਆ ਕਿੱਥੋਂ ਆ, ਇਹਦੀ ਵਿਉਤਪਤੀ ਕਿੱਥੋਂ ਹੋਈ ਆ, ਆਪਾਂ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਵੀ ਸੀ। ਸੰਸਕ੍ਰਿਤ ਦੇ ਵ੍ਰਿਯ ਧਾਤੂ ਤੋਂ ਮੰਨੀ ਜਾਂਦੀ ਹੈ, ਸੰਸਕ੍ਰਿਤ ਦੇ ਵ੍ਰਿਯ ਧਾਤੂ ਤੋਂ ਇਸ ਤਰ੍ਹਾਂ ਦਾ, ਇਹ ਤਾਂ ਪ੍ਰਸ਼ਨ ਇੱਕ ਆਮ ਹੀ ਬਣ ਜਾਂਦਾ ਗਾ ਕਿ ਕਿੱਥੋਂ ਇਹ ਸ਼ਬਦ ਦੀ ਵਿਉਤਪਤੀ ਹੋਈ ਹੈ। ਉਹਦਾ ਅਰਥ ਵੀ ਕੀ ਹੈ, ਵਾਰ ਕਰਨਾ ਜਾਂ ਰੋਕਣਾ, ਹੱਲੇ ਨੂੰ ਰੋਕਣ ਲਈ ਜਮ੍ਹਾਂ ਹੋਏ ਲੋਕਾਂ ਦਾ ਇਕੱਠ, ਇਹ ਵੀ ਤੁਸੀਂ ਧਿਆਨ 'ਚ ਰੱਖਣਾ। ਇਸੇ ਤਰ੍ਹਾਂ ਸੰਸਕ੍ਰਿਤ ਦੇ ਵਾਰਨ ਇੱਕ ਵਾਰਨ ਸ਼ਬਦ ਹੈ, ਵਿੱਚ ਵੀ ਇਸ ਦੀ ਵਿਉਤਪਤੀ ਤਲਾਸ਼ ਕੀਤੀ ਜਾਂਦੀ ਹੈ ਜੀ, ਜਿਸ ਦਾ ਅਰਥ ਹੈ ਵਿਸ਼ੇ ਜਾਂ ਉਚਿਤ ਪ੍ਰਭਾਵ ਸਿਰਜਣ ਲਈ ਜਿਹੜੀਆਂ ਘਟਨਾਵਾਂ ਨੇ ਅਤੇ ਉਹਨਾਂ ਘਟਨਾਵਾਂ ਦਾ ਉਲੇਖ ਕਰਨਾ। ਅਤੇ ਪੰਜਾਬੀ ਦੇ ਉੱਘੇ ਵਿਦਵਾਨਾਂ ਨੇ ਜਿਹੜੇ ਵਾਰ ਦੇ ਰੂਪਾਕਾਰ ਨੂੰ ਆਪਾਂ ਆਪਣੇ ਢੰਗ ਨਾਲ ਪ੍ਰਭਾਵਿਤ ਕਰਨ ਦਾ ਉਪਰਾਲਾ ਕੀਤਾ, ਕੋਸ਼ਿਸ਼ ਕੀਤੀ, ਆਪਾਂ ਉਹੀ ਇੱਥੇ ਗੱਲ ਕਰਨੀ ਆ। ਅਤੇ ਸਭ ਤੋਂ ਪਹਿਲਾਂ ਭਾਈ ਕਰਨ ਸਿੰਘ ਨਾਭਾ ਮੁਤਾਬਕ ਦੇਖ ਲੈਂਦੇ ਹਾਂ, ਉਹ ਕੀ ਕਹਿੰਦੇ ਨੇ, ਸਾਡੇ ਇਮਤਿਹਾਨ ਦੇ ਲਈ ਬਹੁਤ ਜ਼ਰੂਰੀ ਹੈ ਅਤੇ ਅਕਸਰ ਇਸ ਤਰ੍ਹਾਂ ਦਾ ਸਵਾਲ ਬਣ ਸਕਦਾ ਜੀ, ਬਹੁਤ ਜ਼ਰੂਰੀ ਹੈ। ਯੁੱਧ ਭਾਈ ਕਰਨ ਸਿੰਘ ਨਾਭਾ ਨੇ ਕਿਹਾ ਕਿ ਵਾਰ ਆ ਜਿਹੜਾ ਵਾਰ ਕਾਵਿ ਰੂਪ ਆ ਉਹ ਯੁੱਧ ਸੰਬੰਧੀ ਕਾਵਿ ਆ, ਯੁੱਧ ਸੰਬੰਧੀ ਕਾਵਿ ਵਾਰ ਨੂੰ ਕਿਸਨੇ ਕਿਹਾ ਜੀ, ਇਹ ਭਾਈ ਕਰਨ ਸਿੰਘ ਨਾਭਾ ਨੇ। ਉਹ ਰਚਨਾ ਜਿਸ ਵਿੱਚ ਸੂਰ ਵੀਰਤਾ ਦਾ ਵਰਣਨ ਹੋਵੇ, ਇਹ ਗੱਲ ਵੀ ਨਾਲ ਕਹੀ ਆ ਉਹਨਾਂ ਨੇ। ਵਾਰ ਸ਼ਬਦ ਦਾ ਅਰਥ ਪੌੜੀ ਛੰਦ ਵਿੱਚ ਹੀ ਹੋਇਆ, ਕਿਉਂਕਿ ਯੋਧਿਆਂ ਦੀ ਸੂਰ ਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ। ਪੂਰੇ ਦਾ ਪੂਰਾ ਕਥਨ ਇਹ ਭਾਈ ਕਰਨ ਸਿੰਘ ਮੁਤਾਬਕ ਹੈ, ਇਹ ਤੁਸੀਂ ਧਿਆਨ 'ਚ ਰੱਖਣਾ। ਕਥਨ ਦੇ ਕੇ ਵਿਦਵਾਨ ਦਾ ਨਾਮ ਪੁੱਛ ਲਿਆ ਜਾਂਦਾ ਗਾ, ਇਹ ਵੀ ਤੁਸੀਂ ਧਿਆਨ 'ਚ ਰੱਖਣਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾ ਕੇ ਲਿਖੀ ਗਈ ਹੈ, ਵਾਰ ਨਾਮ ਤੋਂ ਪ੍ਰਸਿੱਧ ਹੈ, ਅਤੇ ਇਹ ਵੀ ਭਾਈ ਕਰਨ ਸਿੰਘ ਨਾਭਾ ਨੇ ਇਸੇ ਸੰਦਰਭ ਦੇ ਵਿੱਚ ਨਾਲ ਕਥਨ ਦੇ ਵਿੱਚ ਇਸ ਗੱਲ ਨੂੰ ਸ਼ਾਮਿਲ ਕੀਤਾ ਗਾ। ਇਹ ਗੱਲਾਂ ਨੂੰ ਸਾਰੀਆਂ ਨੂੰ ਧਿਆਨ ਦੇ ਵਿੱਚ ਰੱਖਣਾ ਜੀ। ਅਗਲੀ ਗੱਲ ਹੈ ਰਤਨ ਸਿੰਘ ਜੱਗੀ ਦੇ ਮੁਤਾਬਕ, ਡਾਕਟਰ ਰਤਨ ਸਿੰਘ ਜੱਗੀ ਜਿਹੜੇ ਨੇ ਉਹ ਵਾਰ ਜਿਹੜੇ ਵਾਰ ਪੰਜਾਬੀ ਦਾ ਉਹ ਕਾਵਿ ਰੂਪ ਹੈ ਜਿਸ ਵਿੱਚ ਕਿਸੇ ਯੋਧੇ ਦੇ ਪਰਾਕ੍ਰਮ ਦਾ ਚਿਤਰਨ ਕਰਕੇ ਪਾਠਕਾਂ ਸਰੋਤਿਆਂ ਦਾ ਉਤਸ਼ਾਹ ਵਧਾਉਣ ਦਾ ਯਤਨ ਕੀਤਾ ਗਿਆ ਹੋਵੇ। ਦੇਖੋ ਕਥਨ ਇਸੇ ਤਰੀਕੇ ਨਾਲ ਦਿੱਤੇ ਜਾਣਗੇ ਤੱਤ, ਅਤੇ ਨਾਲ ਦੀ ਨਾਲ ਦਿੱਤੇ ਜਾਣਗੇ ਵਿਕਲਪ ਕਿ ਕਿਸ ਦਾ ਲਿਖਿਆ ਹੋਇਆ, ਕਿਸ ਦੇ ਬੋਲੇ ਗਏ ਕਥਨ ਨੇ, ਕਿਸ ਦੇ ਲਿਖੇ ਗਏ ਕਥਨ ਨੇ ਜੀ। ਹੁਣ ਇਹ ਸਾਰੀ ਵਾਰ ਪੰਜਾਬੀ ਦਾ ਉਹ ਕਾਵਿ ਰੂਪ ਹੈ ਜਿਸ ਵਿੱਚ ਕਿਸੇ ਯੋਧੇ ਦੇ ਪਰਾਕ੍ਰਮ ਦਾ ਚਿਤਰਨ, ਇਸ ਤਰ੍ਹਾਂ ਦਾ ਜਦੋਂ ਸ਼ਬਦ ਮਿਲਦਾ ਤਾਂ ਡਾਕਟਰ ਰਤਨ ਸਿੰਘ ਜੱਗੇ ਨੂੰ ਯਾਦ ਕਰਨਾ ਜੀ, ਅਤੇ ਜਿਹੜਾ ਪਾਠਕਾਂ ਦੇ ਸਰੋਤਿਆਂ ਦਾ ਉਤਸ਼ਾਹ ਵਧਾਉਣ ਦਾ ਯਤਨ ਕੀਤਾ ਜਾਂਦਾ, ਇਹ ਤਾਂ ਤਕਰੀਬਨ ਸਾਰਿਆਂ ਦੇ ਵਿੱਚ ਗੱਲ ਕੀਤੀ ਹੀ ਜਾਣੀ ਆ। ਇੱਕ ਵੱਖਰਾ ਕਿੱਦਾਂ ਸ਼ਬਦ ਵੱਖਰਾ ਸ਼ਬਦ ਹੁੰਦਾ ਉਹ ਲੱਭ ਲਿਆ ਕਰੋ ਅਤੇ ਉਹਨੂੰ ਦਿਮਾਗ 'ਚ ਰੱਖ ਲੈਣਾ। ਕਿਰਪਾਲ ਸਿੰਘ ਕਸੇਲ ਅਤੇ ਪਰਮਿੰਦਰ ਸਿੰਘ, ਇਹਨਾਂ ਬਾਰੇ ਵੱਖਰੀ ਵੀਡੀਓ ਜਿਹੜੀ ਆਪਣੀ ਸਿਲੇਬਸ ਦੇ ਮੁਤਾਬਕ ਸਾਹਿਤ ਦੇ ਇਤਿਹਾਸ ਬਾਰੇ ਉਹ ਬਣਾ ਕੇ ਪਾਈ ਹੋਈ ਆ, ਤੁਸੀਂ ਦੇਖ ਸਕਦੇ ਹੋ, ਆਈ ਬਟਨ 'ਚ ਮਿਲ ਜਾਣਾ ਤੁਹਾਨੂੰ ਲਿੰਕ। ਪਰ ਜਿਹੜੀ ਆਪਾਂ ਇੱਥੇ ਵਾਰ ਬਾਰੇ ਗੱਲ ਕਰਨੀ ਹੈ, ਇਹਨਾਂ ਨੇ ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ ਇਹਨਾਂ ਦੀ ਕਿਤਾਬ ਪੜ੍ਹੀ ਹੋਣੀ ਹੈ ਅਤੇ ਸਿਲੇਬਸ ਦੇ ਵਿੱਚ ਜ਼ਰੂਰੀ ਵੀ ਉਹਨਾਂ ਦਾ ਜ਼ਿਕਰ ਵੀ ਆਉਂਦਾ, ਧਿਆਨ 'ਚ ਆਇਆ ਵੀ ਬਹੁਤ ਵਾਰ ਹੈ ਇਹਦੇ ਬਾਰੇ। ਉਹ ਵਾਰ ਦੇ ਸਰੂਪ ਅਤੇ ਸੁਭਾਅ ਬਾਰੇ ਜਿਹੜੀ ਜਾਣਕਾਰੀ ਦਿੰਦੇ ਨੇ ਸਾਨੂੰ, ਉਹਦੇ ਵਿੱਚ ਉਹਨਾਂ ਦਾ ਕਹਿਣਾ ਕਿ ਵਾਰਾਂ ਕਹਿਣ ਦਾ ਰਿਵਾਜ਼, ਇਹ ਬਹੁਤ ਧਿਆਨ ਨਾਲ ਸੁਣਿਓ, ਇਕੱਲੀ ਇਕੱਲੀ ਗੱਲ ਸੁਣਨ ਵਾਲੀ। ਇਹਦੇ ਵਿੱਚ ਵਾਰਾਂ ਕਹਿਣ ਦਾ ਰਿਵਾਜ਼ ਢੇਰ ਪੁਰਾਣਾ ਹੈ ਅਤੇ ਗੁਰੂ ਸਾਹਿਬਾਂ ਦੇ ਸਮੇਂ ਤੱਕ
ਪੇਸ਼ਾਵਰ ਕਵੀ ਸੀ ਜਿਹੜੇ ਉਹ ਅਜਿਹੀਆਂ ਕਈ ਉਹਨਾਂ ਦੀਆਂ ਕਈ ਟੋਲੀਆਂ ਹੁੰਦੀਆਂ ਸੀਗੀਆਂ ਜੋ ਥਾਂ ਥਾਂ ਉੱਤੇ ਜਾ ਕੇ ਵਾਰਾਂ ਗਾਉਂਦੀਆਂ। ਇਹਨਾਂ ਨੂੰ ਢਾਡੀ ਜਾਂ ਪੱਟ ਕਿਹਾ ਜਾਂਦਾ ਸੀ। ਕਿਰਪਾਲ ਸਿੰਘ ਕਸੇਲ ਅਤੇ ਪਰਮਿੰਦਰ ਸਿੰਘ ਦੀ ਪੁਸਤਕ ਦੇ ਵਿੱਚ ਗੱਲ ਲਿਖੀ ਹੈ ਉਹਨਾਂ ਨੇ, ਢਾਡੀ ਜਾਂ ਪੱਟ ਤੋਂ ਆਮ ਕਰਕੇ ਜਸ ਜਾਂ ਪ੍ਰਸ਼ੰਸਾ ਵਾਲੀ ਕਿਰਤਾ ਗਾਉਣ ਤੋਂ ਹੀ ਲਿਆ ਜਾਂਦਾ। ਢਾਡੀ ਜਾਂ ਪੱਟ ਦਾ ਮਤਲਬ ਕੀ ਹੈ? ਇਸ ਤਰੀਕੇ ਨਾਲ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਜਿਹੜੇ ਜਸ ਜਾਂ ਪ੍ਰਸ਼ੰਸਾ ਦੇ ਵਿੱਚ ਕਿਰਤਾ ਗਾਉਂਦੇ ਸੀ ਉਹਨਾਂ ਨੂੰ ਢਾਡੀ ਜਾਂ ਪੱਟ ਕਿਹਾ ਜਾਂਦਾ ਸੀ। ਇਸ ਵਿੱਚ ਕਿਸੇ ਯੋਧੇ ਦੀ ਵੀਰਤਾ ਦਾ ਬਿਆਨ ਅਤੇ ਜਸ ਹੁੰਦਾ, ਇਹ ਤਾਂ ਤਕਰੀਬਨ ਸਾਰਿਆਂ ਨੇ ਗੱਲ ਸਾਂਝੀ ਹੈ। ਤਾਂ ਯੁੱਧ ਦਾ ਬਿਰਤਾਂਤ, ਵੀਰਤਾ ਭਰਿਆ ਵਾਜੂਮੰਡਲ ਅਤੇ ਨਾਇਕ ਦੀ ਬਹਾਦਰੀ ਦੀ ਪ੍ਰਸ਼ੰਸਾ, ਤਿੰਨ ਗੱਲਾਂ ਦੇਖੋ। ਵੀਰ ਯੁੱਧ ਦਾ ਬਿਰਤਾਂਤ ਹੁੰਦਾ, ਵੀਰਤਾ ਭਰਿਆ ਵਾਜੂਮੰਡਲ ਹੁੰਦਾ, ਨਾਇਕ ਦੀ ਬਹਾਦਰੀ ਦੀ ਪ੍ਰਸ਼ੰਸਾ ਹੁੰਦੀ ਹੈ, ਅਤੇ ਉਸਦੀ ਸ਼ਖਸੀਅਤ ਨੂੰ ਨਾਟਕੀ ਹੁਨਰ ਰਾਹੀਂ ਉਗਾੜਨਾ, ਇਸ ਦੇ ਖਾਸ ਲੱਸਣ ਨੇ ਜੀ, ਵਿਸ਼ੇਸ਼ ਲੱਸਣ ਨੇ, ਇਹ ਗੱਲ ਵੀ ਧਿਆਨ 'ਚ ਰੱਖਣੀ ਆ। ਪਰੰਤੂ ਬਹਾਦਰੀ ਜਸ ਦੀ ਪਾਤਰ ਜ਼ਰੂਰ ਹੋਵੇ, ਪਰ ਜਿਹੜੀ ਬਹਾਦਰੀ ਦਿਖਾਉਣੀ ਆ ਉਹਦੇ ਵਿੱਚ ਜਸ ਜ਼ਰੂਰ ਹੋਵੇ ਉਹਦਾ। ਨਾਇਕ ਦੀ ਜਦੋਂ ਗੱਲ ਕਰਦੇ ਹਾਂ ਅਸੀਂ, ਤਾਂ ਜਸ ਦੀ ਪਾਤਰ ਜ਼ਰੂਰ ਹੋਵੇ, ਉਹਦੀ ਬਹਾਦਰੀ ਜਿਹਦੀ ਦਿਖਾਈ ਜਾ ਰਹੇ ਹਾਂ। ਵਾਰ ਦੇ ਵਿੱਚ ਜ਼ਾਲਮ, ਯਾਵਰ ਅਤੇ ਅਪਰਾਧੀ ਦੀ ਪ੍ਰਸ਼ੰਸਾ ਨਹੀਂ ਕੀਤੀ ਜਾਂਦੀ। ਇਹ ਜਦੋਂ ਆਪਾਂ ਵਾਰ ਅਤੇ ਜੰਗਨਾਮੇ ਵਿੱਚ ਅੰਤਰ ਬਾਰੇ ਗੱਲ ਕਰਾਂਗੇ ਤੁਹਾਨੂੰ ਉੱਥੇ ਵੀ ਦੱਸਾਂਗੇ। ਵਾਰ ਵਿੱਚ ਜ਼ਾਲਮ, ਯਾਵਰ ਅਤੇ ਅਪਰਾਧੀ ਦੀ ਪ੍ਰਸ਼ੰਸਾ ਨਹੀਂ ਕੀਤੀ ਜਾ ਸਕਦੀ, ਇਹ ਸ਼ਰਤ ਹੈ ਇਹਦੇ ਵਿੱਚ। ਕਿਉਂ ਜੋ ਵਾਰ ਰਚ ਕੇ ਢਾਡੀ ਲੋਕ ਆਮ ਇਕੱਠਾਂ ਵਿੱਚ ਗਾਉਂਦੇ ਸਨ, ਇਸ ਲਈ ਵਾਰ ਦੀ ਬੋਲੀ ਠੇਠ, ਜ਼ੋਰਦਾਰ ਅਤੇ ਸਰਲ ਹੁੰਦੀ ਹੈ। ਬੋਲੀ ਵੀ ਯਾਦ ਰੱਖਣੀ ਆ। ਇਸ ਤੋਂ ਇਲਾਵਾ ਕਿਸੇ ਨਾਇਕ ਦੀ ਵੀਰਤਾ ਦਾ ਵਖਾਣ ਕਰਨ ਨੂੰ ਵੀ ਵਾਰ ਆਖਿਆ ਜਾਂਦਾ ਸੀ। ਇਹ ਸਾਰੀ ਦੀ ਸਾਰੀ ਗੱਲ ਕਿਰਪਾਲ ਸਿੰਘ ਕਸੇਲ ਅਤੇ ਪਰਮਿੰਦਰ ਸਿੰਘ ਦੀ ਪੁਸਤਕ ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ ਦੇ ਵਿੱਚ ਕੀਤੀ ਗਈ ਹੈ ਜੀ। ਗੱਲ ਇਹ ਧਿਆਨ ਦੇ ਵਿੱਚ ਤੁਸੀਂ ਰੱਖਣੀ ਆ। ਅਗਲਾ ਜਿਹੜੀ ਗੱਲ ਖਾਸ ਤੌਰ 'ਤੇ, ਜਦੋਂ ਬਾਹਰ ਦੇ ਸਾਹਿਤਕ ਪ੍ਰਗਟਾਵੇ ਦਾ ਆਪਾਂ ਦੇਖਦੇ ਕਿ ਇੱਕ ਅਜਿਹਾ ਰੂਪਾਕਾਰ ਹੈ ਸਾਹਿਤਕ ਪ੍ਰਗਟਾਵੇ ਦੇ ਵਿੱਚ ਜਿਹਦੀ ਮੁੱਖ ਵਿਸ਼ੇਸ਼ਤਾ ਆਪਾਂ ਕਹਿੰਦੇ ਹਾਂ ਕਾਵਿਕ ਵਰਤਾਂਤ ਦੇ ਮਾਧਿਅਮ ਰਾਹੀਂ ਸਥਾਪਿਤ ਹੁੰਦੀ ਹੈ। ਕਾਵਿਕ ਵਰਤਾਂਤ ਤਾਂ ਹੀ ਹੈ ਇਹਦੇ ਵਿੱਚ, ਇਸ ਤੋਂ ਬਿਨਾਂ ਹੋਰ ਕੀ ਗੱਲ ਹੈ ਇਹਦੇ ਵਿੱਚ? ਕਾਵਿਕ ਵਰਤਾਂਤ ਦੇ ਨਾਲ ਨਾਲ ਇਸ ਵਿੱਚ ਵਾਰਤਾਲਾਪ ਅਤੇ ਸੰਘਰਸ਼, ਦੋ ਗੱਲਾਂ ਨੂੰ ਧਿਆਨ 'ਚ ਰੱਖਣਾ, ਵਾਰਤਾਲਾਪ ਅਤੇ ਸੰਘਰਸ਼ ਵਰਗੇ ਨਾਟਕੀ ਗੁਣਾਂ ਦਾ ਸਮਾਵੇਸ਼ ਵੀ ਹੁੰਦਾ, ਉਹ ਵੀ ਇਹਦੇ ਵਿੱਚ ਦੇਖਣ ਨੂੰ ਮਿਲਦੇ ਨੇ। ਵਾਰਤਾਲਾਪ ਅਤੇ ਸੰਘਰਸ਼ ਵਰਗੇ ਜਿਹੜੇ ਨਾਟਕੀ ਗੁਣ ਨੇ, ਇਕੱਲਾ ਕਾਵਿਕ ਵਰਤਾਂਤ ਨਹੀਂ ਹੈ, ਇਕੱਲੀ ਇਕੱਲੀ ਗੱਲ ਨੂੰ ਧਿਆਨ 'ਚ ਰੱਖਣਾ, ਨਟ ਦੇ ਲਈ ਬਹੁਤ ਜ਼ਰੂਰੀ ਹੈ। ਵਾਰਤਾਲਾਪ ਅਤੇ ਸੰਘਰਸ਼, ਇਹ ਨਾਟਕੀ ਗੁਣ ਵੀ ਵਾਰ ਦੇ ਵਿੱਚ ਮਿਲਦੇ ਨੇ। ਅਤੇ ਪਰ ਇੱਕ ਗੱਲ ਹੈ ਕਿ ਇਹਨਾਂ ਦੇ ਹੋਣ ਦੇ ਕਾਰਨ ਥੋੜ੍ਹਾ ਜਿਹਾ ਜਟਿਲ ਕਿਸਮ ਦਾ ਰੂਪਾਕਾਰ ਬਣ ਜਾਂਦਾ ਇਹ ਜਿਹੜਾ ਵਾਰ, ਗੁੰਝਲਦਾਰ ਕਹਿ ਸਕਦੇ ਹਾਂ ਜਾਂ, ਠੀਕ ਹੈ ਨਾ। ਵਾਰ ਵਿਚਲਾ ਸੰਘਰਸ਼ ਜਾਂ ਟੱਕਰ, ਜਿਹਨੂੰ ਅਸੀਂ ਸੰਘਰਸ਼ ਕਹਿ ਦਿੰਦੇ ਹਾਂ, ਜਾਂ ਟੱਕਰ ਦੋ ਯੋਧਿਆਂ ਦੇ ਵਿਚਕਾਰ ਹੋ ਸਕਦੀ ਹੈ, ਇਹ ਤਾਂ ਪਤਾ ਹੀ ਆ ਨਾ, ਪੜ੍ਹਿਆ ਹੋਣਾ ਇਹਨਾਂ ਤਾਂ। ਨੇਕੀ ਅਤੇ ਬਦੀ ਵਿਚਕਾਰ ਹੋ ਸਕਦੀ ਹੈ, ਜਿਹੜੀਆਂ ਸਾਡੀਆਂ ਅਧਿਆਤਮਿਕ ਵਿਚਾਰਾਂ ਨੇ, ਵਾਰਾਂ ਨੇ, ਅਧਿਆਤਮਿਕ ਵਾਰਾਂ ਨੇ, ਉੱਥੇ ਇਹ ਚੀਜ਼ ਦਾ ਜ਼ਿਕਰ ਹੁੰਦਾ। ਅਤੇ ਦੋ ਵਿਚਾਰਾਂ ਜਾਂ ਵਿਚਾਰਧਾਰਾਵਾਂ ਵਿਚਕਾਰ ਵੀ ਹੋ ਸਕਦੀ ਹੈ, ਜਿਹੜੀ ਟੱਕਰ ਹੈ, ਜ਼ਰੂਰੀ ਨਹੀਂ ਹੈਗਾ ਕਿ ਯੁੱਧ ਦੇ ਮੈਦਾਨ ਦੇ ਵਿੱਚ ਹੋਵੇ। ਅਤੇ ਵਾਰਾਂ ਦੇ ਵਿੱਚ ਅਸੀਂ ਅੱਗੇ ਕਰਾਂਗੇ, ਚਲੋ ਖੈਰ ਅੱਗੇ ਜਾ ਕੇ ਗੱਲ ਆਪਾਂ, ਪਰ ਇੰਨਾ ਜ਼ਰੂਰ ਹੈ ਕਿ ਵਾਰ ਵਿੱਚ ਨਾਇਕ ਦੀ ਵੀਰਤਾ ਜਾਂ ਨੇਕੀ ਦਾ ਜਸ ਗਾਇਨ ਜ਼ਰੂਰ ਹੁੰਦਾ। ਇਹ ਹੁਣੀ ਗੱਲ ਕਰ ਚੁੱਕੀ ਹਾਂ ਕਿ ਉਹਦੀ ਬਹਾਦਰੀ ਬਾਰੇ ਜਸ ਜ਼ਰੂਰ ਹੋਣਾ ਚਾਹੀਦਾ, ਉਹਦੀ ਨੇਕੀ ਦਾ ਜਸ ਗਾਇਨ ਜ਼ਰੂਰੀ ਹੈ। ਵਾਰ ਆਮ ਤੌਰ 'ਤੇ ਪੌੜੀ ਵਿੱਚ ਰਚੀ ਗਈ ਹੁੰਦੀ ਹੈ, ਪੌੜੀ ਦੇ ਵਿੱਚ, ਇਹ ਤਾਂ ਲਿਖ ਲਓ 100% ਕਿ ਬਹੁਤ ਵਾਰੀ ਪ੍ਰਸ਼ਨ ਆਇਆ ਜੀ, ਪੌੜੀ ਛੰਦ ਦੇ ਵਿੱਚ ਰਚੀ ਜਾਂਦੀ ਹੈ। ਪਰ ਇਹਦੇ ਵੀ ਅੱਗੇ ਦੋ ਮੁੱਖ ਭੇਦ ਮਿਲਦੇ ਨੇ ਸਾਨੂੰ, ਪੌੜੀ ਦੇ ਵਿੱਚ ਵੀ ਦੋ ਮੁੱਖ ਭੇਦ ਮਿਲ ਜਾਂਦੇ ਨੇ, ਸਿਰਖੰਡੀ ਅਤੇ ਨਿਸ਼ਾਨੀ। ਇਹ ਨਟ ਦੇ ਇਮਤਿਹਾਨ ਦੇ ਲਈ ਅਸੀਂ ਸਿਰਫ ਪੌੜੀ ਨੂੰ ਯਾਦ ਨਹੀਂ ਰੱਖਣਾ, ਸਿਰਖੰਡੀ ਅਤੇ ਨਿਸ਼ਾਨੀ ਨੂੰ ਵੀ ਯਾਦ ਰੱਖਣਾ। ਸਿਰਖੰਡੀ ਸੰਦ ਦੀ ਵਿਸ਼ੇਸ਼ਤਾ ਕੀ ਹੈ? ਅਤੇ ਜਿਹੜੇ ਇਹਦੇ ਵਿੱਚ ਤੁਕਾਂਤ ਆ, ਉਹ ਮੱਧ ਤੁਕਾਂਤ ਹੁੰਦਾ, ਮੱਧ ਦੇ ਵਿੱਚ ਜਾ ਕੇ ਤੁਕਾਂਤ ਹੁੰਦਾ ਗਾ। ਇਹ ਜਦੋਂ ਆਪਾਂ ਛੰਦਾਂ ਬਾਰੇ ਗੱਲ ਕਰਾਂਗੇ ਉੱਥੇ ਤੁਹਾਨੂੰ ਦੱਸਾਂਗੇ, ਮੱਧ ਦੇ ਵਿੱਚ ਮਤਲਬ ਵਿਚਕਾਰ ਹੁੰਦਾ ਗਾ। ਇਹ ਤੁਸੀਂ ਇੰਨਾ ਕੁ ਯਾਦ ਰੱਖ ਲਓ, ਮੱਧ ਤੁਕਾਂਤ ਹੁੰਦਾ ਅਤੇ ਨਿਸ਼ਾਨੀ ਛੰਦ ਵਿੱਚ ਅੰਤ ਦੇ ਵਿੱਚ ਹੁੰਦਾ ਹੈ, ਨਿਸ਼ਾਨੀ ਦੇ ਵਿੱਚ ਅੰਤ ਦੇ ਵਿੱਚ ਅਤੇ ਸਿਰਖੰਡੀ ਦੇ ਵਿੱਚ ਮੱਧ ਦੇ ਵਿੱਚ। ਇਹ ਦੋਨੇ ਗੱਲਾਂ ਨੂੰ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਰਸ ਦੇ ਵਿੱਚ ਦੇਖਦੇ ਹਾਂ ਅਸੀਂ, ਰਸ ਦੀ ਦ੍ਰਿਸ਼ਟੀ ਤੋਂ ਵਾਰ ਦਾ ਰੂਪਾਕਾਰ ਜਿਹੜਾ ਅਸੀਂ ਦੇਖ ਹੀ ਚੁੱਕੇ ਹਾਂ ਕਿ ਵੀਰ ਕਾਵਿ ਦੇ ਵਿੱਚ ਵੀਰ ਰਸ ਦੇ ਨਾਲ ਸੰਬੰਧਿਤ ਹੈ, ਅਤੇ ਵੀਰ ਰਸ ਇਹਦੇ ਵਿੱਚ ਪ੍ਰਮੁੱਖ ਆ। ਜਿਹਦਾ ਸਥਾਈ ਭਾਵ ਉਤਸ਼ਾਹ ਗਾ, ਇਹ ਵੀ ਯਾਦ ਰੱਖਣਾ, ਵੀਰ ਰਸ ਦਾ ਸਥਾਈ ਭਾਵ ਉਤਸ਼ਾਹ ਹੁੰਦਾ ਗਾ ਜੀ। ਪਰ ਇਹ ਨਹੀਂ ਹੈਗਾ ਕਿ ਇਕੱਲਾ ਵੀਰ ਰਸ ਹੀ ਆਊਗਾ, ਠੀਕ ਹੈ ਨਾ। ਇਹਦੇ ਵਿੱਚ ਰਚਨਾ ਦੇ ਹਾਸ ਰਸ ਵੀ ਆਊਗਾ, ਰੌਦਰ ਰਸ ਵੀ ਆਊ, ਠੀਕ ਹੈ। ਚੰਡੀ ਦੀ ਵਾਰ ਨੂੰ ਸਾਹਮਣੇ ਦੇਖੋ, ਪੜ੍ਹ ਕੇ ਧਿਆਨ ਦੇ ਵਿੱਚ ਲਿਆ ਕੇ ਦੇਖੋ, ਉਹਦੇ ਵਿੱਚ ਹਾਸ ਰਸ ਵੀ ਮਿਲਦਾ। ਅਤੇ ਸਾਰੀਆਂ ਵਾਰਾਂ ਦੇ ਵਿੱਚ ਹਾਸ ਰਸ ਵੀ ਮਿਲੂਗਾ, ਰੌਦਰ ਰਸ ਵੀ ਮਿਲੂਗਾ। ਰਸ ਦੀਆਂ ਤਕਰੀਬਨ ਕਈ ਕਿਸਮਾਂ ਮਿਲ ਜਾਂਦੀਆਂ ਨੇ, ਪਰ ਜਿਹੜਾ ਵੀਰ ਰਸ ਉਹਦੀ ਪ੍ਰਮੁੱਖਤਾ ਗਈ। ਭਾਵੇਂ ਪੰਜਾਬੀ ਸਾਹਿਤ ਦੇ ਕੁਝ ਇਤਿਹਾਸਕਾਰਾਂ ਨੇ
ਖੁਲਾਸ਼ਤੁਲ ਤਵਾਰੀਖ ਦੇ ਹਵਾਲੇ ਨਾਲ 13ਵੀਂ ਸਦੀ ਵਿੱਚ ਅਮੀਰ ਖੁਸਰੋ ਦੀ ਰਚੀ ਹੋਈ ਤੁਗਲਕ ਦੀ ਵਾਰ ਦਾ ਜ਼ਿਕਰ ਕੀਤਾ, ਪਰ ਇਹਦਾ ਕੋਈ ਪ੍ਰਮਾਣਿਕ ਪਾਠ ਨਹੀਂ ਹੁੰਦਾ, ਪ੍ਰਾਪਤ ਨਹੀਂ ਹੁੰਦਾ। ਇਹਨਾਂ ਸਤਰਾਂ ਦੇ ਲੇਖ ਇਸ ਸੰਦਰਭ ਵਿੱਚ ਇੰਟਰਨੈਟ ਉੱਤੇ ਉਪਲਬਧ ਜਿਹੜੀ ਸਮੱਗਰੀ ਦੀ ਖੋਜ ਪੜਤਾਲ ਜਦੋਂ ਕੀਤੀ, ਪਰ ਅਜਿਹਾ ਕਿਸੇ ਵੀ ਵਾਰ ਦਾ ਹਵਾਲਾ ਨਹੀਂ ਮਿਲਿਆ। ਖੁਲਾਸ਼ਤੁਲ ਤਵਾਰੀਖ ਦੇ ਕਰਤਾ ਨੇ ਅਮੀਰ ਖੁਸਰੋ ਦੀਆਂ ਰਚਨਾਵਾਂ ਵਿੱਚ ਉਸਦੀ ਇੱਕ ਰਚਨਾ ਤੁਗਲਕ ਨਾਮਾਂ ਦਾ ਜ਼ਿਕਰ ਜ਼ਰੂਰ ਕੀਤਾ, ਪਰ ਇਸ ਨੂੰ ਕਿਸੇ ਵੀ ਤਰ੍ਹਾਂ ਪੰਜਾਬੀ ਵਾਰ ਦੇ ਅੰਤਰਗਤ ਨਹੀਂ ਰੱਖਿਆ ਜਾ ਸਕਦਾ। ਇਹ ਫਾਰਸੀ ਦਾ ਗਦਰ ਫਾਰਸੀ ਗਦ ਰੂਪ ਵਿੱਚ ਰਚੀ ਗਈ ਰਚਨਾ ਗਈ ਜੀ, ਅਤੇ ਸਾਹਿਤ ਗਰੁੱਪਾਕਾਰ ਦੇ ਤੌਰ 'ਤੇ ਵਾਰ ਕਾਵਿ ਦਾ ਮੁੱਢ ਜਿਹੜਾ ਅਸੀਂ ਮੰਨਦੇ ਹਾਂ ਮੱਧਕਾਲ ਦੀਆਂ, ਉਹਨਾਂ ਵੀਰ ਅਸੀਂ ਲੋਕ ਵਾਰਾਂ ਨਾਲ ਵੱਜਦਾ। ਇਹ ਲੋਕ ਵਾਰਾਂ ਦੀ ਗੱਲ ਕਰਾਂਗੇ ਆਪਾਂ ਅੱਗੇ, ਠੀਕ ਹੈ ਨਾ। ਲੋਕ ਵਾਰਾਂ ਦੇ ਨਾਲ ਵੱਜਦਾ ਜਿਹੜੀ ਮੱਧਕਾਲੀ ਵੀਰ ਕਾਵਧਾਰਾ ਦੇ ਵਿੱਚ ਅਸੀਂ ਜਦੋਂ ਗੱਲ ਕਰਦੇ ਹਾਂ, ਜਿਨ੍ਹਾਂ ਦੇ ਹਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਮਿਲਦੇ ਨੇ, ਅਤੇ ਕੁਝ ਕੁ ਨਮੂਨੇ ਮਿਲਦੇ ਨੇ ਉਹਨਾਂ ਦੇ ਧੁਨੀਆਂ 'ਤੇ ਗਾਉਣ ਨੂੰ ਕਿਹਾ ਗਿਆ। ਚਾਹੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਆਸਾ ਦੀ ਵਾਰ ਦੀ ਗੱਲ ਕਰੀਏ ਜਾਂ ਹੋਰ, ਉਹ ਜਿਵੇਂ ਜਿਵੇਂ ਵੀਡੀਓ ਅੱਗੇ ਬਣਾਵਾਂਗੇ ਗੱਲ ਕਰਾਂਗੇ, ਪਰ ਇਸ ਰੂਪਾਕਾਰ ਦੇ ਨਾਲ ਜਿਹੜੇ ਸੰਬੰਧਿਤ ਪਹਿਲੇ ਮੁਕੰਮਲ ਪਾਠ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ 22 ਵਾਰਾਂ ਦੇ ਰੂਪ ਵਿੱਚ ਹੀ ਮਿਲਦੇ ਹਨ। ਲੋਕ ਵਾਰਾਂ, ਅਧਿਆਤਮਿਕ ਵਾਰਾਂ ਅਤੇ ਆਧੁਨਿਕ ਵਾਰਾਂ ਅਲੱਗ ਅਲੱਗ ਤਰੀਕੇ ਨਾਲ ਅਸੀਂ ਗੱਲ ਕਰਾਂਗੇ ਜ਼ਰੂਰ ਇੱਥੇ। ਬਾਕੀ ਸਿਲੇਬਸ ਦੇ ਮੁਤਾਬਕ ਜਿਹੜੀ ਵਾਰ ਪ੍ਰਮੁੱਖ ਵਾਰ ਆ ਸਾਡੇ ਕੋਲ ਦੋ, ਇੱਕ ਦੋ, ਅਤੇ ਭਾਰਤੀ ਜੰਗਨਾਮੇ ਵਿੱਚ ਅੰਤਰ ਆਪਾਂ ਉਹ ਵੀ ਗੱਲ ਕਰਨੀ ਆ। ਭਾਰਤੀ ਜੰਗਨਾਮੇ ਵਿੱਚ ਅੰਤਰ ਤਕਰੀਬਨ 10-15 ਅੰਤਰ ਇਸ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਨੇ ਜਿਹੜੇ ਭਾਰਤੀ ਜੰਗਨਾਮੇ ਦੇ ਵਿੱਚ ਹੈਗੇ ਨੇ, ਉਹ ਵੀ ਆਪਾਂ ਗੱਲ ਕਰਾਂਗੇ। ਅਤੇ ਪਰ ਵੱਖ ਇੱਕ ਗੱਲ ਇਹ ਜ਼ਰੂਰ ਆ ਕਿ ਜੇ ਹੁਣ ਇੱਥੇ ਤੱਕ ਗੱਲ ਕਰ ਹੀ ਲਈ ਆ ਤਾਂ ਜ਼ਰੂਰ ਤੁਸੀਂ ਇੰਨਾ ਕੁ ਰੱਖਣੇ ਆ ਧਿਆਨ ਦੇ ਵਿੱਚ ਕਿ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਤਾਂ ਜ਼ਰੂਰ 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 ਅੱਗੇ ਦੋਸਤਾਂ ਮਿੱਤਰਾਂ ਨਾਲ ਸਾਂਝ ਬਣਾਇਆ ਕਰੋ। ਪੇਪਰ ਨੇੜੇ ਆ ਰਿਹਾ, ਕਮੈਂਟ ਕਰਕੇ ਦੱਸਿਆ ਕਰੋ, ਅਤੇ ਆਪਾਂ ਵੀਡੀਓ ਬਣਾਉਂਦੇ ਰਹੀਏ, ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਹਾਜ਼ਦੇ ਵਾਜਦੇ ਰਹੋ, ਰੱਬ ਰੱਖਾ।